ਨਸ਼ੇ ਨੂੰ ਲੈ ਕੇ ਲੋਕਾਂ ਵਿੱਚ ਵੱਧਦੇ ਰੋਸ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਨਸ਼ੇ ਦੇ ਤਸਕਰਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ਵਿੱਚ ਨਸ਼ੇ ਦੇ ਲਈ ਬਦਨਾਮ ਪਿੰਡ ਤੋਤੇ ਵਿੱਚ ਪੁਲਿਸ ਦੁਆਰਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਿੰਡ ਵਿੱਚ ਜ਼ਿਆਦਾਤਰ ਨਸ਼ਾ ਵੇਚਣ ਵਾਲੇ ਲੋਕ ਗਾਇਬ ਨੇ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਅਮਰਜੀਤਪੁਰ ਵਿਖੇ ਨਾਕਾ ਲਗਾ ਕੇ ਇੱਕ ਨੌਜਵਾਨ ਨੂੰ 280 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਦੇ SHO ਸਰਬਜੀਤ ਸਿੰਘ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਂਜੀ ਸਰ, ਕੀ ਮਾਮਲਾ ਹੈ ਜੀ? ਇਹ ਸਾਡੀ ਪੁਲਿਸ ਪਾਰਟੀ ਨੇ ਮੰਨਿਆਲਾ ਰੋਡ ਪੋਤੀ ਦੇ ਨਾਕਾ ਲਾਇਆ ਹੈ। ਉਸ ਦੌਰਾਨ ਜਿਹੜਾ ਸੁਰਿੰਦਰ ਸਿੰਘ ਲਈ ਸ਼ਿੰਦਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਧੋਤੀ ਦੀ ਤਲਾਸ਼ੀ ਲੈਣ 'ਤੇ ਉੱਥੋਂ 280 ਗ੍ਰਾਮ ਜਿਹੜੀ ਇਹ ਹੀਰੋਇਨ ਬਰਾਮਦ ਹੋਈ, ਜਿਹਦੇ ਸੰਬੰਧ ਵਿੱਚ ਮੁਕਦਮਾ ਦਰਜ ਕਰਤਾ। ਮੁਕਦਮਾ ਦਰਜ ਇਹ ਜਿਹੜੀ ਹੀਰੋਇਨ ਸੀ ਇਹ ਫੌਜੀ ਕਲੋਨੀ ਦੀ ਜਨਾਨੀ ਹੈ, ਇਨੂ ਸਿੰਘ ਕਹਿੰਦੇ, ਇਹ ਉੱਥੋਂ ਸਪਲਾਈ ਦਿੰਦਾ ਜੀ, ਜਿਹਦੇ ਘਰ ਰੇਡ ਕੀਤੇ ਗਏ ਉਹ ਦੌੜੀ ਹੋਈ। ਹੁਣ ਤੱਕ ਕੁੱਲ ਕਿੰਨੇ ਹੀਰੇ ਫੜੀ ਗਈ ਸੁਲਤਾਨਪੁਰ ਦੀ ਪੁਲਿਸ ਵੱਲ? ਜਿਹੜੇ ਮੇਰੇ ਦਰਿਆਂ ਕੋਈ 2.5 ਕਿਲੋ ਦੇ ਕਰੀਬ ਹੀਰੋਇਨ ਜਿਹੜੀ ਆ ਫੜੀ ਗਈ ਮੇਰੇ ਅਸਲ ਦੌਰਾਨ, ਮੇਰੇ ਕੋਈ 1.5 ਮਹੀਨਾ ਕਰੀਬ ਹੋਇਆ। ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ।